ਸੇਮ ਹੀ ਕਲਰ ਸੇਮ ਜਿਹਦਾ ਇੱਕ ਥਾਂ ਚ ਕਟਵਾ ਗਿਆ ਇਹਦੀਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆ ਗਏ ਆ ਵਿਆਹ ਤੇ ਵਿਆਹ ਤੇ ਦੇਖੋ ਜੇ ਰੌਣਕਾਂ ਢੋਲ ਢਮਕੇ ਜਾ ਕਰਕੇ ਆਵਾਜ਼ਾਂ ਬੜੀਆਂ ਘੱਟ ਸੁਣਦੀਆਂ ਪਰ ਮੈਂ ਆਪਣੀਆਂ ਨਾਲ ਦੀਆਂ ਜਰੂਰ ਮਿਲਾ ਦਾ ਤੁਹਾਡੇ ਨਾਲ ਤੇ ਜਿਹੜਾ ਅਸੀਂ ਆਪਣਾ ਟੇਬਲ ਮਲ ਕੇ ਬੈਠੇ ਆ ਪਹਿਲਾਂ ਚਲੋ ਵੀ ਆਹ ਵਾ ਦੀਦੀ ਇਹ ਸਾਡੀਆਂ ਸਾਰੀਆਂ ਦੀਦੀਆਂ ਮੇਰੀਆਂ ਜਠਾਣੀਆਂ ਮੈਂ ਸਾਰਿਆਂ ਨਾਲ ਛੋਟੀ ਦਰਾਣੀ ਉਹ ਮੇਰੀ ਹਾਂ ਮੈਂ ਲਾਡਲੀ ਦਰਾਣੀ ਸਹੀ ਗੱਲ ਹੈ ਬਾਕੀ ਵੀ ਰੌਣਕ ਮੇਲਾ ਪੂਰਾ ਵਾ ਸਾਰੇ ਨੇ ਪਰਾਂਦੇ ਪਾਏ ਤੇ ਮੈਂ ਜੁੜਾ ਕੀਤਾ ਸੀ ਅੱਜ ਸਾਰੇ ਵਿਆਹ ਦੇ ਸਟਾਈਲ ਬਣਾਏ ਆ ਤੇ ਮੈਂ ਅੱਜ ਪਰਾਂਦਾ ਪਾ ਕੇ ਆਈ ਆ ਤੇ ਡਿਫਰੈਂਟ ਵਲੌਗਰ ਦਿਖੇ ਦੀਦੀ ਹੁਣੀ ਕਹਿਣ ਡਿਆ ਮੈਂ ਕਿਹਾ ਸਾਨੂੰ ਦੱਸ ਦੇ ਤੇ ਅਸੀਂ ਵੀ ਪਰਾਂਦੇ ਪਾ ਕੇ ਆ ਜਾਂਦੇ ਸਾਨੂੰ ਦੱਸੇ ਪਰਾਂਦਾ ਡੇ ਆ ਹਾਂ ਪਰਾਂਦਾ ਡੇ ਪਤਾ ਕਿ ਜਿੱਦਣ ਪਰਾਂਦਾ ਡੇ ਉਧਰ ਮੈਂ ਜੁੜਾ ਕੀਤਾ ਸੀ ਜਿੱਦਣ ਜੱਗ ਵਾਲੇ ਦਿਨ ਵਧੀਆ ਵਧੀਆ ਆਹੋ ਤੇ ਮੈਨੂੰ ਇਹੀ ਚੱਲ ਅੱਜ ਮੈਂ ਪਾ ਕੇ ਜਾਂਦੀ ਹਾਂ ਥੋੜਾ ਡਿਫਰੈਂਟ ਤੁਹਾਡਾ ਮੈਚ ਵੀ ਕਰ ਰਿਹਾ ਨਾ ਗੋਲਡਨ ਕਲਰ ਮੇਰਾ ਮੈਚ ਪਤਾ ਕਿੱਦਾਂ ਕਰਨ ਡਿਆ ਵਾ ਇਹ ਇਹਦੇ ਨਾਲ ਕਰਨਾ ਮੈਂ ਤੁਹਾਨੂੰ ਦੱਸਦੀ ਹਾਂ ਇਹ ਇੱਥੇ ਆ ਰੌਣਕਾਂ ਲਾ ਦੋ ਵਿੱਚ ਆਣ ਗਏ ਹੈ ਤੁਹਾਡੇ ਨੂੰ ਦੋਵਾਂ ਦੀ ਲੌਂਗ ਖਿੱਚਾ ਵੇਖਿਆ ਕਿ ਮੇਰਾ ਉਧਰ ਉਧਰ ਨਾਲ ਮੈਚ ਹੋਣ ਡਈ ਮੈਂ ਕਰੋ ਕਰੋ ਸਿਰ ਤੇ ਵੀ ਦੁਪੱਟਾ ਲੈ ਲਓ ਹਾਂ ਹੁਣ ਲੱਗ ਰਹੇ ਹੋ ਬਿਲਕੁਲ ਸੇਮ ਹੁਣ ਬਣਾਓ ਉਹ ਅੱਗੋ ਅੱਗੋ ਡਿੱਗ ਗਿਆ ਹਾਂ ਹੋ ਗਿਆ ਸੇਮ ਹੁਣ ਕਰੋ ਸਤਿ ਸ਼੍ਰੀ ਅਕਾਲ ਟੈਲੈਂਟ ਹੋਰ ਵੀ ਬੜਾ ਕੁਛ ਹੈਗਾ ਆ ਕੀ ਦੇਖੋ ਇਧਰ ਡਰੈਸ ਤਿਆਰ ਕੀਤੀ ਹਾਂਜੀ ਸਹੀ ਗੱਲ ਹੈ ਸਭ ਤੋਂ ਵੱਧ ਕੱਪੜਾ ਲੱਗਣਾ ਆਪ ਖਾਣ ਨੂੰ ਚੱਲੀਆਂ ਵਾ ਤੇ ਇੱਧਰ ਵੇਖੋ ਆ ਵਿਆਹਾਂ ਦੇ ਵਿੱਚ ਆਹ ਹਾਲ ਹੁੰਦਾ ਜੇ ਪਰਸ ਰੱਖ ਕੇ ਕੁਰਸੀਆਂ ਉੱਤੇ ਤੇ ਆਪ ਉਹ ਚੱਲੀਆਂ ਖਾਣ ਨੂੰ ਡੋਸੇ ਟਿੱਕੀਆਂ ਹੁਣ ਕੁਰਸੀਆਂ ਦੀ ਰਾਖੀ ਉਹ ਗਾਣਾ ਹੈਗਾ ਨਾ ਕਣਕ ਤੇਰੇ ਦੀ ਰਾਖੀ ਵੇ ਮੈਂ ਬਹਿੰਦੀ ਨਾ ਤੇ ਕੁਰਸੀ ਤੇਰੇ ਦੀ ਰਾਖੀ ਪਰਸ ਮੈਂ ਰੱਖਦੀ ਹਾਂ ਤੇਰੀ ਕਣਕ ਦੀ ਰਾਖੀ ਮੁੰਡਿਆ ਵੇ ਹੁਣ ਮੈਂ ਨਹੀਂ ਬਹਿੰਦੀ ਤੇਰੀ ਕਣਕ ਦੀ ਰਾਖੀ ਮੁੰਡਿਆ ਵੇ ਹੁਣ ਮੈਂ ਨਹੀਂ ਉਹ ਬਹਿੰਦੀ ਕਿਉਂ ਨਹੀਂ ਉਹ ਬਹਿੰਦੀ ਆਹੋ ਇਹ ਗਾਣਾ ਸੀਗਾ ਆਹੋ ਤੇ ਹੁਣ ਮੁੰਡਾ ਕਵੇ ਨਾ ਤੇਰੀ ਕੁਰਸੀ ਦੀ ਰਾਖੀ ਮੈਂ ਨਹੀਂ ਬਹਿੰਦੇ ਉਹ ਕਹਿੰਦੇ ਨਾ ਬਹਿ ਹੁਣ ਮੈਂ ਪਰਸ ਰੱਖ ਲਿਆ ਵਾ ਲੈ ਇਹ ਤੇ ਕੈਮਰਾ ਦੇਖ ਕੇ ਤੇ ਨਿਆਣੇ ਉਹ ਦੂਰ ਭੱਜ ਜਾਂਦੇ ਯੂ ਵੀ ਕਿੱਥੇ ਆ ਕੀ
ਇਹ ਸਾਡੇ ਮੁੰਡੇ ਆ ਜਿਹੜੇ ਕੁੜੀਆਂ ਨੂੰ ਜਿਆਦਾ ਸ਼ਰਮਾ ਕੇ ਲਿਆ ਤੇ ਜਿਹੜੇ ਬਿਲਕੁਲ ਹੀ ਸ਼ਰਮਾ ਕੇ ਤੇ ਛੁਪ ਜਾਂਦੇ ਆ। ਇੱਕ ਵੀ ਆਹ ਬੜੀ ਮੁਸ਼ਕਿਲ ਆ, ਇੱਥੋਂ ਦੋ ਮਿੰਟ ਹੀ ਉੱਠਦਾ ਕੋਈ ਵੀ ਤੇ ਚੇਅਰ ਚੱਲ ਜਾਂਦੀ ਆ। ਕਸ਼ਿਸ਼ ਗਮ ਲਾ ਦੀ ਹੁਣ ਤੈਨੂੰ ਗਮ ਨਾਲ ਚਿਪਕਾ ਦੀਏ ਕਸ਼ਿਸ਼, ਤੂੰ ਲਾ ਲਈ ਚੇਅਰ ਤੇ ਚੇਅਰ ਚੱਲ ਜਾਂਦੀ ਕਸ਼ਿਸ਼ ਦੀ। ਕੁਛ ਖਾਣ ਨੂੰ ਭੇਜਦੇ ਆ ਉਸੇ ਵੇਲੇ ਉਹ ਚਿਪ ਚੇਅਰ ਚੱਲ ਜਾਂਦੀ। ਸਾਰਾ ਤੂੰ ਖਾਂਦੀ ਆ ਤੇ ਕੁੜੀ ਨੂੰ ਕੁਛ ਦਿੰਦੀ ਨੀ ਖਾਣ। ਮੰਮੀ ਆਪੇ ਸਾਰੀ ਡਾਇਟ ਖਾ ਲੈਂਦੀ ਆ ਤੇ ਤੇਰੇ ਵਾਸਤੇ ਕੋਈ ਡਾਇਟ ਨੀ ਹੈਗੀ। ਬਦਾਮ 5 ਗਿਰੀਆਂ ਸਵੇਰੇ ਬਦਾਮ ਰੱਜ ਕੇ ਹੋ ਕੇ ਅਲਰਜੀ ਇਹਨੂੰ ਬਦਾਮਾਂ ਤੋਂ। ਹੋਰ ਫਿਰ ਇਹੋ ਹੀ ਤਾਂ ਪੰਗਾ ਵਾ ਸਾਰਾ। ਕੋਈ ਨੀ ਠੀਕ। ਆਹੋ ਆ ਗਈ ਭੁੱਖੀ। ਆਹੋ ਨਾ ਭਾਬੀ ਉਧਰ ਵੀ ਨਹੀਂ ਮਿਲੀ। ਮੈਂ ਕਿਹਾ ਨਨਾਣ ਸਾਹਿਬ ਆਏ ਨੇ। ਆਹੋ ਵੇਖੋ ਜੈ ਸ੍ਰੀ ਅਕਾਲ ਜੈ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ। ਉਹ ਆ ਰਹੇ ਚਮਕੀ ਚਮਕੀ ਪੂਰੀ ਤੇ ਮੁਬਾਰਕਾਂ ਤੁਹਾਨੂੰ ਵੀ ਬਹੁਤ ਸੋਹਣੇ ਲੱਗ ਰਹੇ ਆ। ਬੱਚੇ ਗੁੱਸਾ ਕਹਿੰਦਾ ਕਰਦੇ ਆ ਪਾਓ ਕੇ ਨਾ ਪਾਓ। ਪਾਓ ਕਹਿੰਦੇ ਆ ਪਾਏ ਉਹਨਾਂ ਨੂੰ ਪਤਾ ਨਾ ਬੱਚਿਆਂ ਨੂੰ। ਮੈਂ ਭਾਬੀ ਸਿੰਪਲ ਇੰਨੀ ਕੋਈ ਨਹੀਂ ਪਾਉਂਦੀ ਪਰ ਨਹੀਂ ਬੱਚੇ ਨੂੰ ਪਤਾ ਨਾ ਕਿ ਵੇਖੋ ਕਿੰਨੀਆਂ ਨਹੀਂ ਵੇਖੋ ਕਿੰਨੀਆਂ ਸਮਾਰਟ ਲੱਗਦੀਆਂ ਪਾਇਆ। ਨਹੀਂ ਕਦੀ ਮੈਨੂੰ ਵੇਖਿਆ ਕਰੋ ਘਰੇ ਸਾਰੇ ਏਦਾਂ ਹੀ ਕਰਦੇ ਆ। ਮੈਂ ਤੇ ਖੁਦ ਮੈਂ ਤੇ ਏਦਾਂ ਨੋਰਮਲ ਹੀ ਬਣੀ ਰਹਿੰਦੀ ਸਾਰੀ ਦਿਹਾੜੀ। ਮੈਨੂੰ ਤੇ ਹੁੰਦਾ ਕੋਈ ਫੰਕਸ਼ਨ ਫੁੰਕਸ਼ਨ ਹੋਏ ਤੇ ਵੇਹ ਨਹੀਂ ਹੁੰਦਾ ਵਾ। ਪਰ ਇਹ ਨਾ ਕਿ ਮੈਂ ਲਿਪਸਟਿਕ ਤੇ ਇੱਕ ਬਿੰਦੀ ਲਾ ਕੇ ਲਾ ਲਾ ਨਾ ਤੇ ਬਸ ਉਹਦੇ ਨਾਲ ਮੇਰਾ ਸਰ ਜਾਂਦਾ ਕੰਮ। ਸਾਰਾ ਪਸੀਨੇ ਦਾ ਉਹ ਹੋ ਗਿਆ ਵਾ ਕਿਉਂਕਿ ਗਰਮੀ ਚ ਹੁਣ ਬਹਿ ਗਿਆ ਤੇ ਜਦੋਂ ਦੇ ਅਸੀਂ ਆਏ ਆ ਹੁਣ ਲੇਟ ਸ਼ੁਰੂ ਕੀਤਾ ਨਾ ਵਲੌਗ ਤਾਂ ਹੀ ਕਹਿੰਦੇ ਸਟਾਰਟਿੰਗ ਚ ਦਿਖਾ ਦੋ ਗਲੋ ਰਹਿੰਦਾ ਚਿਹਰੇ ਤੇ। ਗਲਤੀ ਰਹਿ ਕੀਤੀ ਚਲੋ ਕੋਈ ਨੀ ਐਕਸੈਪਟ ਕਰੋ। ਸਾਡੀ ਗੁੜੀਆ ਦਾ ਗਲੋ ਨੀ ਜਾਂਦਾ ਆਹ ਦੇਖੋ ਹਨਾ ਮੰਮਾ ਮੈਨੂੰ ਕਰਨਾ ਨੀ ਆਉਂਦਾ ਤੁਹਾਡਾ ਆਪਣਾ ਕਰਦੀ ਇਹਦਾ ਤਾਂ ਖਾਈ ਆਈ ਮੇਕਅਪ ਇਹਦਾ ਆਈ ਮੇਕਅਪ ਇਹਦਾ ਬਹੁਤ ਬਹੁਤ ਸੋਹਣਾ ਲੱਗ ਰਿਹਾ ਵਧੀਆ। ਅਜੇ ਅਜੇ ਕਹਿੰਦੀ ਅੱਛਾ ਨੀ ਹੋਇਆ ਇਤਨਾ ਅੱਛਾ ਹੋਇਆ ਮੈਨੂੰ ਨੀ ਕਰਦੀ। ਸਾਰੇ ਮੈਨੂੰ ਕਹਿੰਦੇ ਆ ਕਿ ਇਹਨੂੰ ਹਿੰਦੀ ਦਾ ਤੇ ਮੈਂ ਕਿਹਾ ਉਹਦੀ ਆਪਣੀ ਖੁਸ਼ੀ ਉਹ ਹਿੰਦੀ ਵਾਲੀ ਮੈਂ ਪੰਜਾਬੀ ਵਾਲੀ ਮੇਰੀ ਆਪਣੀ ਖੁਸ਼ੀ ਫੁੱਲ ਆਜ਼ਾਦੀ ਫੁੱਲ ਆਜ਼ਾਦੀ ਬਾਅਦ ਚ ਮਾਂ ਵਾਂਗ ਪੰਜਾਬੀ ਤੇ ਹਟ ਜਾਣੀ ਹੈ ਮੈਨੂੰ ਮੈਂ ਹਿੰਦੀ ਚ ਮੇਰੀ ਬ੍ਰੇਕ ਲੱਗ ਜਾਂਦੀ ਆ ਬੱਚੇ ਕਰ ਲੈਂਦੇ ਹੁਣ ਗਾ ਸਾਰਾ ਕੁਛ ਬੱਚੇ ਸਾਰਾ ਕੁਛ ਹੀ ਆ ਆਉਣੀਆਂ ਚਾਹੀਦੀਆਂ ਵੈਸੇ ਪੰਜਾਬੀ ਚਲਾ ਲੈਂਦੇ ਪੰਜਾਬੀ ਨੂੰ ਵੀ ਦਿਖਾਓ ਨੀ ਹੁਣ ਕੁਛ ਤਰਨਾ ਹੁਣੇ ਪੁੱਛਣ ਡੇ ਹੋਣੇ ਨਾ ਕਿੱਥੇ ਆ ਫਿਰ ਉਹ ਗੁੰਮ ਦੇ ਉਹ ਆਉਂਦੀਆਂ ਹੁਣ ਮੈਂ ਲੱਭ ਕੇ ਆਉਂਦੀ ਠਹਿਰ ਜਾ ਮੈਂ ਇੱਕ ਵਾਰੀ ਇੱਥੇ ਦੀਦੀ ਪਰਸ ਰੱਖਿਓ ਮੇਰੇ ਅੰਦਰ ਨੂੰ ਸੀਟ ਹੀ ਨਾ ਚੱਲ ਜਾਏ।
ਅੱਛਾ ਵੀ ਆਹ ਪਰੀਆਂ ਕਰੀਏ ਰਿਕਾਰਡ ਹੈ, ਮੈਂ ਪਰੀਆਂ ਕਰੀਏ ਰਿਕਾਰਡ ਹੈ। ਹੋਰ ਸੁਣਾਓ ਕਿੱਦਾਂ ਬਈ? ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਵੀ ਦੂਰੋਂ ਹੀ ਆਪਣਾ ਆਪਣਾ ਮਾਸੂਮ ਵੀ ਸਤਿ ਸ਼੍ਰੀ ਅਕਾਲ, ਵੀ ਸਤਿ ਸ਼੍ਰੀ ਅਕਾਲ, ਵਧਾਈਆਂ ਹੋਣ ਵੀ ਸਾਰਿਆਂ ਨੂੰ, ਕੱਟੀਆਂ ਕੱਟੀਆਂ। ਕਿੱਥੇ ਆ? ਅੱਛਾ ਸਤਿ ਸ਼੍ਰੀ ਅਕਾਲ ਜੀ, ਢੂੰਡ ਰਹੀ ਹੂੰ, ਹੈ ਉਹ ਮੇਰੇ ਕੋਲ ਹੈ ਨਹੀਂ ਫੋਨ। ਸਤਿ ਸ਼੍ਰੀ ਅਕਾਲ ਜੀ, ਆਪਾਂ ਸੋਚ ਨਹੀਂ ਪਹਿਲਾਂ ਇਹਦਾ। ਹਾਂ ਸਤਿ ਸ਼੍ਰੀ ਅਕਾਲ ਦੀਦੀ, ਸਤਿ ਸ਼੍ਰੀ ਅਕਾਲ ਜੀ। ਅੱਛਾ ਇਹ ਕੀ ਕਰਨਾ ਦੁਪੱਟੇ ਦਾ? ਦੁਪੱਟੇ ਦਾ ਕੀ ਕਰਨਾ? ਆ ਦੇਖੋ ਇਹ ਤਾਂ ਦੇਖੋ ਵੀ ਮੈਨੂੰ ਹੋਰ ਵੀ ਕੰਮ ਨੂੰ ਰੱਖਿਆ ਵਾ, ਵਲੌਗਰ ਨੂੰ ਰੱਖਿਆ ਵਾ ਦੁਪੱਟੇ ਸੈੱਟ ਕਰਨ ਵਾਸਤੇ ਵੀ। ਛੋਟੀ ਭਾਬੀ ਆ ਤੇ ਇਹ ਫਾਇਦਾ ਲੈਣਾ ਸਹੀ ਵੀ ਪੂਰੀ ਪੂਰੀ ਆਪਾਂ। ਸਹੀ ਗੱਲ ਆ, ਸਹੀ ਗੱਲ ਆ ਬਈ, ਚਲੋ ਠੀਕ ਹੈ। 1385 ਨੰਬਰ ਦੀ ਗੱਡੀ ਹੈ, ਦੋਵਾਂ ਗੱਡੀ ਥੋੜੀ ਸਾਈਡ ਤੇ ਕਰ ਦਿਓ ਤਾਂ ਜੋ ਅਗਲੀਆਂ ਗੱਡੀਆਂ ਆਸਾਨੀ ਨਾਲ ਨਿਕਲ ਸਕਣ। ਹਾਂ ਹਾਂ ਮੈਂ ਤੇ ਤੂੰ ਕਿੱਥੇ ਹੈ? ਸੇਮ ਸੇਮ ਆ ਆਈ, ਦੋਵੇਂ ਸੇਮ ਸੇਮ ਕਲਰ ਦੀਆਂ। ਚਲੋ ਬਈ ਆ ਆਈ, ਸੇਮ ਹੀ ਕਲਰ, ਸੇਮ ਜਿਹਦਾ ਇੱਕ ਥਾਂ ਚ ਕਢਵਾ ਗਿਆ ਇਹਨਾਂ ਦੀਆਂ, ਸਿਰਫ ਡਿਜ਼ਾਈਨ ਦਾ ਫਰਕ ਹੀ। ਵਿੱਚ ਔਰੰਜ ਦਾ ਬਲੌਗ ਵਿੱਚ ਉਹ ਮਿਲਣਾ, ਪਿੱਛੇ ਵੀ ਹੈਗਾ ਸੇਮ, ਹੈ ਪਿੱਛੇ ਵੀ ਹੈਗਾ ਬੈਕਸਾਈਡ ਸੇਮ। ਆਹੋ ਤੁਸੀਂ ਵੀ ਦੋਵੇਂ ਜਣੀਆਂ ਥੋੜੀਆਂ ਥੋੜੀਆਂ ਰਲ ਗਈਆਂ, ਇਹ ਮਿਲ ਕੇ ਕੰਬੀਨੇਸ਼ਨ ਉਹ ਬਣ ਰਿਹਾ। ਆ ਮੈਂ ਸਾਰੀਆਂ ਨੂੰ ਜੋੜ ਕੇ ਬਣਾਈਆਂ ਵੀ, ਮੈਂ ਪੀਲਾ ਵੀ ਹਰਾ ਵੀ ਸਾਰੇ ਇਕੱਠੇ ਕੀਤੇ। ਆਹੋ ਹਾਂ ਹਾਂ, ਦੇਖ ਕਿੰਨਾ ਪਿਆਰਾ ਕਲਰ ਹੈ ਇਹਦਾ, ਸੂਟ ਸੂਟ ਬਣਾ ਲੈ ਲੈ, ਇਹਨਾਂ ਦੋਵਾਂ ਦਾ ਮੈਂ ਤੋੜ ਲਿਆਉਂਦੀ ਆ ਮੇਰੇ ਕੋਲ। ਹੁਣ ਖਾ ਪੀ ਲੋ ਸਟਾਲਾ ਤੇ ਖਾ ਲੋ, ਬਾਕੀ ਨਾ ਸਾਨੂੰ ਦੱਸੋ। ਹਾਂ ਬਈ ਇਹ ਸੋਨੂ ਆ, ਵਿਟਾਮਿਨ ਜੀ ਹੋਣੀ, ਵਿਟਾਮਿਨ ਜੀ ਹੋਣੀ, ਹਾਂ ਉਹਨਾਂ ਦੀ ਬੇਟੀ, ਇਹਦੇ ਦਰਸ਼ਨ ਘੱਟ ਹੁੰਦੇ ਆ। ਉਹ ਕੁਰਸੀ ਇੱਕ ਖਾਲੀ ਪਈ, ਭੱਜ ਕੇ ਫੜ ਲਿਆ, ਨਹੀਂ ਤੇ ਆਹ ਫੜਾ ਆਂਟੀ ਲੱਗੋ ਤੇ ਮੈਂ ਫੜਾ ਕੀ ਕਰਨੀ, ਉਹ ਕੁਰਸੀ ਖਾਲੀ ਲੈ ਉਹ ਲੱਗ। ਹਾਂ ਠਹਿਰ ਮੈਂ ਫੋਟੋ ਖਿੱਚ ਲੈਂਦੇ। ਆਹੋ ਦੋ ਜਣੀਆਂ ਇੱਧਰ ਮੂੰਗੀਆਂ ਤੇ ਇੱਕ ਆਵੀ ਮੂੰਗੀਆਂ, ਤੇ ਏਦਾਂ ਵਿਆਹਾਂ ਦੇ ਵਿੱਚ ਕਿਤੇ ਨਾ ਕਿਤੇ ਨਾਲ ਏਦਾਂ ਹੁੰਦਾ ਕਿ ਸੇ ਮੈਚਿੰਗ ਹੋ ਜਾਂਦਾ, ਪਰ ਇੰਨਾ ਸ਼ੁਗਰ ਆ ਕਿ ਆਪਾਂ ਉਦੋਂ ਨਹੀਂ ਕਿਸੇ ਨਾਲ ਬੈਚ ਕੀਤੇ ਟੈਂਟ ਦਾ। ਮੈਂ ਤੇ ਰਿਕਾਰਡ ਹੀ ਤੋੜਦਾ ਨਾ, ਮੈਂ ਤੇ ਪੰਜਾਬੀ ਢਾਬੇ ਦੇ ਉੱਤੇ ਹੀ ਲੱਗੀ ਫੋਟੋ ਮੇਰੀ। ਸੁਖਮਨ ਢਾਬਾ, ਸੁਖਮਨ ਸੁਖਮਨ ਢਾਬੇ, ਸੁਖਮਨ ਸੁਖਮਨ ਢਾਬੇ ਦੇ ਉੱਤੇ ਫੋਟੋ ਲੱਗੀ ਮੇਰੀ। ਪੰਜਾਬੀ ਢਾਬਾ ਨੀ ਹੁੰਦਾ, ਪੰਜਾਬੀ ਦਾ ਬਣੇ ਤਾਂ ਉਹਦੇ ਅੱਗੇ ਫੋਟੋ ਲੱਗੀ ਮੇਰੀ, ਦੇਖ ਲੈ ਇੰਨੀ ਫੇਮਸ ਹੈ ਮੈਂ।
ਸ਼ਾਮ ਦਾ ਟਾਈਮ ਹੋ ਗਿਆ ਜੀ, ਕਿੰਨਾ ਹੀ ਲੇਟ ਹੋ ਗਿਆ ਹਨਾ।
ਨੇ।